ਉਤਮ ਖੇਤੀ ਮਦਮ ਵਪਾਰ ਤੇ ਨਖੇਦ ਚੱਕਰੀ ਕਦੀ ਤੇ ਉਤਮ ਹੁੰਦੀ ਸੀ ਖੇਤੀ ਹੁਣ ਤਾਂ ਇਹ ਨਖੇਦਾਂ ਚ ਹੋਈ ਆ ਬਸ ਮੈਂ ਤਾਂ ਜੀ ਤੁਰਿਆ ਜਾਂਦਾ ਦੇਖਿਆ ਤੇ ਆ ਨਾ ਬੁਰਜੀ ਜਿਹੜੀ ਹੈ ਜ਼ਰਾਤ ਵਾਲਿਆਂ ਨੇ ਬਣਾਈ ਆ ਇਹ ਕਿਸਮਤ ਵਾਲੀ ਬੁਰਜੀ ਆ ਜੀ ਇਹ 6 ਮਹੀਨਿਆਂ ਬਾਅਦ ਜ਼ਰੂਰ ਲਿਪੀ ਜਾਂਦੀ ਆ ਫੇ ਇਹਦੇ ਉੱਤੇ ਇਹ ਨਾ ਚੂਨਾ ਹੁੰਦਾ ਇਹ ਕਾਲੇ ਰੰਗ ਦੀ ਲਿਖਾਈ ਹੁੰਦੀ ਤੇ ਬਹੁਤ ਸੋਹਣੀ ਹੁੰਦੀ ਆ ਬਹੁਤ ਅਰਸਾ ਪਹਿਲੇ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਇਹ ਕੰਮ ਹੁੰਦਾ ਹੁੰਦਾ ਸੀ ਉਦੋਂ ਡਿਟੇਟਰਸ਼ਿਪ ਸੀ ਇਸ ਮੁਲਕ 'ਚ ਫੇਰ ਆ ਗਈ ਜਮਹੂਰੀਅਤ ਜਮਹੂਰੀਅਤ ਵਾਲਿਆਂ ਨੇ ਕਦੀ ਟਰਾਲੀਆਂ ਗਿਣਨ ਤੇ ਲਾਤੇ ਜ਼ਰਾਤ ਵਾਲੇ ਕਦੀ ਨਾਕਿਆਂ ਤੇ ਖੜੇ ਕਰ ਦਿੱਤੇ ਕਦੀ ਕਿਤੇ ਕਰ ਦਿੱਤੇ ਉਹਨਾਂ ਦਾ ਕੰਮ ਜਿਹੜਾ हट ਗਿਆ ਤੇ ਜ਼ਿੰਮੇਦਾਰ ਵੀ ਮਤਨਫਰ ਹੋ ਗਿਆ ਜ਼ਰਾਤ ਵਾਲਿਆਂ ਤੋਂ ਕਿ ਜੀ ਇਹ ਕਰਦੇ ਕੁਛ ਨਹੀਂ ਤੇ ਮਹਿਕਮੇ ਵਾਲੇ ਜ਼ਿੰਮੇਦਾਰ ਤੋਂ ਮਤਨਫਰ ਹੋ ਗਏ ਤੇ ਨੌਕਰੀਆਂ ਤੋਂ ਵੀ ਹੋ ਗਏ ਹੁਣ ਦੁਬਾਰਾ ਫੇਰ ਕੁਛ ਹਰਸੇ ਤੋਂ ਬਲਕਿ ਮੈਂ ਕਹਾਗਾ ਹੁਣ ਜਿਹੜੇ ਨਾ ਡੀਜੀ ਸਾਹਿਬ ਆਏ ਆ ਐਗਰੀਕਲਚਰ ਤੇ ਇਸ ਬੰਦੇ ਨੇ ਕੰਮ ਸ਼ੁਰੂ ਕੀਤਾ ਇਹ ਪ੍ਰਮੋਸ਼ਨ ਵਾਸਤੇ ਨਾ ਜੀ ਮختلف ذرائਏ ਸੋਸ਼ਲ ਮੀਡੀਆ ਨੂੰ ਵੀ ਵਰਤਦੇ ਆ ਪੰਫਲਟ ਵਗੈਰਾ ਵੀ ਕਰਦੇ ਆ ਇਹਨਾਂ ਦੀਆਂ ਹਫਤਾਵਾਰ ਮੀਟਿੰਗਾਂ ਵੀ ਹੁੰਦੀਆਂ ਔਰ ਇਹਦੇ ਤੋਂ ਇਲਾਵਾ ਬਹੁਤ ਵਧੀਆ ਕੰਮ ਹੈ ਜਿਹੜਾ ਨਾ ਸੜਕਾਂ ਤੇ ਬੁਰਜੀਆਂ ਬਣਾਉਂਦੇ ਮੈਂ ਦੇਖਿਆ ਤਾਜ਼ਾ ਲਿਪੀ ਆ ਤੇ ਇਹਦੇ ਉੱਤੇ ਕਾਢੇ ਬੜੇ ਆ ਕਾਢੇ ਤਾਂ ਮੇਰਾ ਖਿਆਲ ਹੈ ਆਏ ਹੋਣੇ ਆ ਕਿਤੇ ਬੁਰਜੀ ਜਿਹੜੀ ਇਹਦੇ ਵਿੱਚ ਹੀ ਉਹਨਾਂ ਦਾ ਘਰ ਹੋਣਾ ਉਤੋਂ ਲਿਪ ਹੋ ਗਈ ਆ ਇੰਨੀ ਕੀ ਗੱਲ ਦੱਸਣੀ ਸੀ ਜੀ ਤੇ ਜ਼ਿੰਮੇਦਾਰਾਂ ਅੱਗੇ ਮੇਰੀ ਗੁਜ਼ਾਰਿਸ਼ ਆ ਮਹਿਕਮੇ ਵਾਲਿਆਂ ਨੂੰ ਆਪ ਲੱਭੋ ਲੱਭ ਕੇ ਉਹਨਾਂ ਕੋਲੋਂ ਪੁੱਛੋ ਹੁਣ ਤੇ ਇਹਨਾਂ ਦਾ ਟਾਲ ਫ੍ਰੀ ਨੰਬਰ ਹੈ ਉੱਥੇ ਕਾਲ ਕਰੋ ਮਹਿਕਮੇ ਵਾਲਿਆਂ ਨੂੰ ਲੱਭ ਕੇ ਇਹਨਾਂ ਤੋਂ ਪੁੱਛੋ ਇਹਨਾਂ ਕੋਲ ਬਹੁਤ ਗੱਲਾਂ ਹੁੰਦੀਆਂ ਜੇ ਸਾਡੇ ਕੋਲ ਜ਼ਿੰਮੇਦਾਰਾਂ ਕੋਲ ਬਾਬੇ ਆਦਮ ਤੋਂ ਹੁਣ ਤੱਕ ਦਾ ਤਜਰਬਾ ਨਾ ਤੇ ਇਹਨਾਂ ਕੋਲ ਵੀ ਪੜਿਆ ਲਿਖਿਆ ਤਜਰਬਾ ਉਹ ਬੰਦੇ ਅਸੀਂ ਪਿੱਛੇ ਰਹਿ ਗਏ ਆ ਜਿਹੜੇ ਕਹਿੰਦੇ ਜ਼ਰਾਤ ਵਾਲੇ ਕਰਦੇ ਨਹੀਂ ਆਂਦੇ ਨਹੀਂ ਆ ਜਨਾਬ ਹੈਗੇ ਆ ਭਾਈ ਮੁਹੰਮਦ احمد ਹੁਣੀ ਦੇਖੋ ਸਿਖਰ ਦੁਪਹਿਰ ਆਇਆ ਇਸ ਵੇਲੇ 12 ਦਾ ਟਾਈਮ ਹੈ 12 ਤੇ 1 ਦੇ ਦਰਮਿਆਨ ਇਹ ਬੰਦਾ ਇਸ ਬੁਰਜੀ ਨੂੰ ਲਿਪਦਾ ਹਟਿਆ ਬਣੀ ਦਾ ਇਹਨਾਂ ਦੀ ਦੇਰ ਦੀ ਹੈ ਜੀ ਮਜ਼ਬੂਤ ਹੈ ਇਹ ਭਾਈ ਕਹਦੇ ਲਈ ਹੁਣ ਇਹਦੇ ਤੇ ਕੀ ਕਰਨਾ ਕਹਿੰਦੇ ਤੇ ਜੀ ਕਣਕਾਂ ਦਾ ਲਿਖਣਾ ਹੁਣ ਜੀ ਇਹਦੇ ਤੇ ਕਣਕਾਂ ਦਾ ਕੀ ਲਿਖਣਾ ਕਣਕਾਂ ਜਿਹੜੀਆਂ ਨਾ ਬੀਜੋ ਐਦ ਕੀ ਨਹੀਂ ਨਹੀਂ ਵੀ ਬਿਹਤਰ ਤੋਂ ਬਿਹਤਰ ਬੀਜ ਨੇ ਲਿਖਣਾ ਉੱਤੇ ਬਿਹਤਰ ਤੋਂ ਬਿਹਤਰ ਬੀਜ ਲਿਖਣਾ ਅੱਛਾ ਜ਼ਿਆਦਾ ਪੈਦਾਵਾਰ ਵਾਲਾ ਜ਼ਿਆਦਾ ਪੈਦਾਵਾਰ ਵਾਲਾ ਬੀਜ ਲਿਖਣਾ ਉਹਦਾ ਤਰੀਕੇਕਾਰ ਲਿਖਣਾ ਤੇ ਉਹਦਾ ਸਿੰਧ ਵਾਲਿਆਂ ਨੇ 4000 ਕਰਤੀ ਤੇ ਪੰਜਾਬ ਵਾਲੇ ਬੜੀਆਂ ਛਾਲਾਂ ਮਾਰਦੇ 3000 ਨੂੰ ਜਦੋਂ ਜ਼ਿਮੀਦਾਰ ਕੋਲ ਹੁੰਦੀ ਹੈ ਉਦੋਂ ਗੱਲ ਤੇ ਬੇਮੈਨੀ ਆ ਹੈ ਗੈਰ ਮਤਲਕੀ ਆ ਇਹਨਾਂ ਦੇ ਵਿਚਾਰਿਆਂ ਦੇ ਕਿਹੜਾ ਮਤਲਕੀ ਆ ਚੌਧਰੀ ਮੁਹੰਮਦ ਅਹਿਮਦ ਦਾ ਕਸੂਰ ਕੋਈ ਨਹੀਂ ਵੈਸੇ ਮੈਂ ਹਕੂਮਤ ਅੱਗੇ ਅਪੀਲ ਕਰਾਂਗਾ ਖਾਦਾਂ ਦੀ ਬਰਵਕਤ ਤਰਸੀਲ ਜਿਹੜੀ ਆ ਉਹ ਕੀਤੀ ਜਾਵੇ ਬਹੁਤ ਬਹੁਤ ਸ਼ੁਕਰੀਆ ਹੱਸਦੇ ਰਹੋ ਤਾਂ ਬਸਦੇ ਰਹੋ ਸ਼ਾਦ ਰਹੋ ਤੇ ਆਬਾਦ ਰਹੋ ਅੱਲਾਹ ਤਾਲਾ ਸਭ ਨੂੰ ਆਸਾਨੀਆਂ عطا ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ عطا ਫਰਮਾਏ ਅੱਲਾ ਇਹਨਾਂ ਹੁਕਮਰਾਨਾਂ ਨੂੰ ਤੌਫੀਕ عطا ਫਰਮਾਏ ਕਿ ਸਾਡੀ ਉਲਫਤ ਰੋਡ ਵੀ ਬਣਾ ਦੇਣ